ਅੱਸੂ ਆ ਰਿਹਾ ਤੇ ਕੋਈ ਅੱਸੂ ਦੀ ਕੋਈ ਗਿਫਟ ਤੇ ਦਵੋ, ਦੱਸੋ ਗੋਲੀਆਂ ਪੁੱਛਣੀਆਂ, ਗਿਫਟ ਦਾ ਮਕਸਦ ਕੀ ਹੈ ਦੱਸੋ, ਕੋਈ ਗੋਲੀ ਭੈਂਟੂ ਦੱਸੋ, ਕੋਈ ਟੋਫੀ ਟਾਫੀ ਦੱਸੋ। ਭੈਣ ਬੜੀ ਸਾਦਾ ਜੀ ਕਬੂਤਰਬਾਜ਼ੀ ਅੱਸੂ ਦੀ, ਜਵੈਨ ਸੁੰਡ ਕਾਲੀਆਂ ਮਿਰਚਾਂ ਦੇ ਸੌਂਫ, ਇਹ ਚਾਰ ਚੀਜ਼ਾਂ। ਅਜਵੈਨ ਕਿਹੜੀ ਦੇਸੀ? ਨਹੀਂ, ਤਿੰਨ ਚਾਰ ਕਿਸਮਾਂ ਦੀ ਜਵੈਨ, ਦੇਸੀ ਦੇਸੀ ਦੇਸੀ। ਇੱਕ ਕੁਰਾਸਾਨੀ, ਉਹ ਜਿਹੜਾ ਕੁਰਾਸਾਨੀ ਇਸਤੇਮਾਲ ਹੋਏਗੀ ਮੈਂ ਤੈਨੂੰ ਕੁਰਾਸਾਨੀ ਦੱਸਾਂਗਾ। ਅੱਛਾ, ਜਦੋਂ ਮੈਂ ਜਵੈਨ ਕਹਾਂਗਾ ਉਹ ਦੇਸੀ ਹੁੰਦੀ। ਚਾਏ ਵਾਲੀ ਇੱਕ ਚਮਚ ਜਵੈਨ ਦੀ, 20 ਕਾਲੀਆਂ ਮਿਰਚਾਂ, 20 ਦਾਣੇ ਸੌਂਫ ਅਤੇ ਇੱਕ ਡਰੀ ਸੁੰਡ, ਇਹ ਅੱਧਾ ਕਿਲੋ ਤੇਲ ਬਾ ਪਾਣੀ 'ਚ ਪਾਣੀਆਂ, ਇਹਨੂੰ ਚੁੱਲ੍ਹੇ 'ਤੇ ਰੱਖ ਦੇਣਾ, ਇਹਨੂੰ ਉਬਾਲ ਕੇ ਜਦੋਂ ਪਾਈਆ ਪਾਣੀ ਲੈ ਜੇ ਇਹਨੂੰ ਛਾਣ ਲੈਣਾ। ਚਾਏ ਵਾਲਾ ਅੱਧਾ ਕੱਪ, ਜਿਹੜਾ ਹੋਟਲਾਂ ਦਾ ਕੱਪ ਨਹੀਂ ਹੁੰਦਾ ਛੋਟਾ, ਉਹ ਅੱਧਾ ਕੱਪ 2.5 ਲੀਟਰ ਪਾਣੀ 'ਚ ਪਾ ਕੇ ਨਾ ਦਾਣੇ ਨਾਲ ਪਿਆ ਦਿਓ। ਉਸ ਤੋਂ ਬਾਅਦ ਉਹਨੂੰ ਕੁਛ ਨਹੀਂ ਕਰਨਾ, ਉਸ ਤੋਂ ਬਾਅਦ ਉਹਨੂੰ ਛੱਡ ਦੇਣਾ। ਸ਼ਾਮ ਨੂੰ 7:30-8 ਵਜੇ ਜਾਓ, ਉਹਨੂੰ ਮੋਟੀ ਇਲਾਚੀ ਮਲੱਕੇ ਦੀ ਖੁਰਾਕ ਦਿਓ। ਰਾਤ ਨੂੰ 11 ਵਜੇ ਜਾਣਾ, ਇੱਕ ਏਵਲ, ਇੱਕ ਵੈਬਰਾਮਾਈਸਿਨ ਕੈਪਸੂਲ, ਇੱਕ ਮੈਥੀਕਵਾਲ ਅਤੇ ਇੱਕ ਉਹ ਨਹੀਂ ਨਹੀਂ ਉਹ ਕਿਹੜੀ ਗੋਲੀ ਸੀ, ਆ ਮੋਤੀਵਾਲ। ਵੈਬਰਾਮਾਈਸਿਨ ਕੈਪਸੂਲ ਲੈਣਾ ਅੱਧਾ ਛੋਟਾ ਪਾਸਾ, ਉਹਨੂੰ ਪਾਊਡਰ ਨੂੰ ਪੜ ਲੈਣਾ, ਅੱਧੀ ਗੋਲੀ ਏਵਲ ਦੀ ਪੀਸ ਕੇ ਵਿੱਚ ਪਾ ਲੈਣੀ, ਉਸ ਤੋਂ ਬਾਅਦ ਮੈਥੀਕਵਾਲ ਦੀ ਪੂਰੀ ਗੋਲੀ ਪੀਸ ਕੇ ਪਾ ਲੈਣੀ, ਅੱਧੀ ਗੋਲੀ ਮੋਤੀਵਾਲ, ਇਹਨੂੰ ਪੀਸ ਕੇ ਪਾਊਡਰ ਬਣਾ ਲਓ। ਪਾਊਡਰ ਬਣਾ ਕੇ ਇਹਨੂੰ 30 cc ਦੁੱਧ ਲੈਣਾ ਉਬਲਿਆ ਆ, ਪਾਈਆ ਦੁੱਧ ਹੋਵੇ ਤਾਂ ਪਾਈਆ ਪਾਣੀ ਪਾ ਕੇ ਉਬਾਲ ਲੈਣਾ, ਉਬਾਲ ਕੇ ਉਹਨੂੰ ਜਦੋਂ ਪੱਕ ਜਾਵੇ ਉਹਨੂੰ ਲਾ ਕੇ ਰੱਖ ਕੇ ਠੰਡਾ ਕਰ ਲੈਣਾ, 30 cc ਉਹਦੇ ਦੁੱਧ ਕੇ ਚੁੱਕ ਕੇ ਕੱਪ 'ਚ ਪਾ ਲੈਣਾ, ਇਹ ਪਾਊਡਰ ਚੁੱਕ ਕੇ ਵਿੱਚ ਪਾ ਲੈਣਾ, ਇਹਨੂੰ ਹਿਲਾ ਲੈਣਾ, ਇਹਨੂੰ ਚੰਗੀ ਤਰ੍ਹਾਂ ਫੈਂਟੀ ਜਾਣਾ 5-7-10 ਮਿੰਟ, ਤਾਂ ਕਿ ਉਹ ਦੁੱਧ ਨਾਲ ਜਜ਼ਬ ਹੋ ਜਾਵੇ ਵਿੱਚ। 11 ਵਜੇ ਰਾਤ ਨੂੰ ਜਾਓ, ਚੰਗੇ ਨੂੰ 1 cc, ਮੰਦੇ ਨੂੰ 1.5 cc, ਸੁਬਹਾ ਜਾਣ ਲੱਗਿਆ ਉਹਨੂੰ ਸਾਦਾ ਪਾਣੀ ਦੇ ਦਿਓ, ਉਡਾਣਾ, ਦੁਆਵਾਂ ਦੇਣਗੇ ਤੁਹਾਨੂੰ ਲੋਕ। ਜੇ ਲੋਕ ਮੂੰਹ ਉਹਨਾਂ ਦਿਨ ਕਹਿਣਗੇ ਵਾਕਈ ਉਸਤਾਦ ਜੀ ਅਜੂਬਾ, ਇਸ ਅੱਗੇ ਕੁਛ ਵੀ ਨਹੀਂ। ਉਸਤਾਦ ਤੂੰ ਚਾਹ ਦੀ ਪੱਤੀ ਬੜੀ ਮਹਿੰਗੀ ਕਰਾਈ, ਜਦੋਂ ਤੁਸੀਂ ਦੱਸਿਆ ਚਾਹ ਦੀ ਪੱਤੀ ਤੇ ਉੱਠਦੇ ਨੇ ਤੇ ਚਾਹ ਵੀ ਮਹਿੰਗੀ ਹੋ ਗਈ, ਉਹ ਅਸੀਂ ਆਪਣੇ ਆਸੇ ਮੁਸੀਬਤ ਬਣਾਈ, ਸਭ ਤੋਂ ਜ਼ਿਆਦਾ ਚਾਹ ਅਸੀਂ ਪੀਂਦੇ ਹਾਂ, ਚਾਹ ਦੀ ਪੱਤੀ ਉਸਤਾਦ ਨੇ ਮਹਿੰਗੀ ਕਰਾ ਦਿੱਤੀ। ਅੱਜ ਚਾਹ ਤੇ ਯਾਰ ਗੱਲ ਸੁਣ ਮੇਰੀ, ਲੋ ਇੱਥੇ ਕੇਵਾਂ ਨਹੀਂ ਕਬੂਤਰਾਂ ਦਾ ਉਤਰਦਾ, ਲੋਕ ਇਹ ਕਹਿੰਦੇ ਨੇ। ਹੁਣ ਮੈਂ ਅੱਗੇ ਤੁਹਾਨੂੰ ਕਿਹਾ ਕਿ ਰਾਤ ਨੂੰ 11 ਵਜੇ ਮੈਂ ਸ਼ਹਿਦ ਦਿੰਦਾ ਵਾਂ, ਕਬੂਤਰ ਸਾਫ਼ ਵੀ ਹੋ ਜਾਂਦੇ, ਫਰੈਸ਼ ਵੀ ਹੋ ਜਾਂਦੇ। ਲੋ ਜੀ ਤੁਸੀਂ ਭਾਅ ਜੀ ਅੱਜ 3 ਉਂਗਲਾਂ ਨਾਲ ਚੁਟਕੀ ਫੜ ਕੇ ਨਾ ਪਾਈਆ ਪਾਣੀ 'ਚ ਚਾਹ ਦੀ ਪੱਤੀ ਪਾ ਦੇਣੀ ਹੈ, ਜਦੋਂ ਅੱਧ ਪਾਈਆ ਲੈ ਜਾਣ ਲਾ ਕੇ ਰੱਖ ਲੈਣਾ, 1 cc ਉਹ, 5 cc ਸਾਦਾ ਪਾਣੀ ਰਾਤ ਨੂੰ 11, ਜਿਸ ਦਿਨ ਉੱਡ ਕੇ ਆਉਣ ਰਾਤ ਨੂੰ 11 ਵਜੇ ਦੇ ਦੇਣਾ। ਸੁਬਹਾ ਵੇਖਣਾ ਕਬੂਤਰ ਜਲੀਆਂ ਪਾਉਂਦਾ ਆਏਗਾ, ਫਰੈਸ਼ ਤਾਜ਼ਾ ਦਮ ਹੋਏਗਾ, ਖੁਰਾਕ ਦਿਓ ਜੋ ਦਿਓ ਲੱਗਦਾ ਜਾਏਗਾ ਉਹਨੂੰ, ਅਤੇ ਜਮਾ ਕੇ ਵੇਖਣਾ ਫੜਕ 'ਤੇ ਫੜਕ ਕਬੂਤਰ ਦੇਵੇਗਾ।